ਜਦ ਕੰਗਰੂ ਬਣ ਕੇ ਬਾਜ਼ਾਰਾਂ ਵਿੱਚ ਨੱਚਣ ਵਾਲੀਆਂ ਜਗੀਰਦਾਰੀਆਂ ਬਣ ਜਾਣ ਤੇ ਜਗੀਰ ਦੇ ਅਸਲ ਵਾਰਸ ਕਰਦੇ ਨੌਕਰ ਬਣ ਜਾਂਦੇ ਨੇ। ਅਸਲਾਮ ਅਲੈਕੁਮ, ਜਿੰਦੇ ਰਹੋ, ਵਸਦੇ ਰਹੋ, ਹੱਸਦੇ ਰਹੋ। ਮੈਂ ਹਾਂ ਤਾਰਕ ਸਾਨੀ ਤੇ ਤੁਸੀਂ ਵੇਖ ਰਹੇ ਹੋ ਮੇਰਾ YouTube ਚੈਨਲ ਰੈਬਰ ਇੰਟਰਟੇਨਮੈਂਟ ਪਲੱਸ। ਸੁਲਤਾਨ ਰਾਏ ਦੀ ਬੜੀ ਜ਼ਬਰਦਸਤ ਫਿਲਮ ਲੈ ਕੇ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੋ ਰਿਹਾ। ਉਸ ਫਿਲਮ ਦਾ ਨਾਂ ਹੈ ਇਬਰਤ। 5 ਸਤੰਬਰ 1978 ਬਰੋਜ਼ ਮੰਗਲ ਈਦ ਉਲ ਫਿਤਰ ਦੇ ਮੌਕੇ 'ਤੇ ਰਿਲੀਜ਼ ਹੋਣ ਵਾਲੀ ਇੱਕ ਰੰਗੀਨ ਪੰਜਾਬੀ ਫਿਲਮ। ਇਸ ਫਿਲਮ ਦਾ ਜਿਹੜਾ ਮੌਜੂ ਹੈ ਐਕਸ਼ਨ, ਲੜਾਈ, ਮਾਰ ਕੁਟਾਈ ਹੈ, ਕਤਲੋ ਇੰਤਕਾਮ ਹੈ। ਇਸ ਫਿਲਮ ਦੇ ਦਾ ਕਾਰਨ ਸੁਲਤਾਨ ਰਾਈ, ਆਸੀਆ, ਨਜਮਾ, ਅਫਜ਼ਾਲ ਅਹਿਮਦ, ਜੱਗੀ ਮਲਕ, ਇਸ਼ਰਤ ਚੌਧਰੀ, ਤਾਇਆ ਬਰਕਤ, ਸ਼ੇਖ ਇਕਬਾਲ ਅਤੇ ਬਹਾਰ ਬੇਗਮ। ਹਦਾਇਤ ਹਮੀਦ ਚੌਧਰੀ, ਫਿਲਮ ਸਾਜ਼ ਹਮੀਦ ਚੌਧਰੀ, ਮਿਊਜ਼ਿਕ ਦਿੱਤਾ ਹੈ ਵਜਾਹਤ ਅਤਰੇ ਨੇ ਅਤੇ ਇਸ ਫਿਲਮ ਨੂੰ ਲਿਖਿਆ ਹੈ ਹਫੀਜ਼ ਅਹਿਮਦ ਨੇ। ਇਹ ਬੜੀ ਹੀ ਜ਼ਬਰਦਸਤ ਫਿਲਮ ਹੈ ਔਰ ਇਸ ਫਿਲਮ ਦੀ ਜਿਹੜੀ ਖਾਸ ਗੱਲ ਮੈਂ ਤੁਹਾਨੂੰ ਦੱਸਣਾ ਚਾਹ ਰਿਹਾ, ਇਸ ਫਿਲਮ ਦੇ ਜਿਹੜੇ ਡਾਇਰੈਕਟਰ ਹਨ, ਇਸ ਫਿਲਮ ਦੇ ਜਿਹੜੇ ਫਿਲਮ ਸਾਜ਼ ਹਨ, ਉਹ ਹਮੀਦ ਚੌਧਰੀ ਹਨ, ਜਿਹੜੇ ਕਿ ਪਾਕਿਸਤਾਨ ਫਿਲਮ ਇੰਡਸਟਰੀ ਦੇ ਬਹੁਤ ਹੀ ਮਸ਼ਹੂਰ ਡਾਂਸ ਡਾਇਰੈਕਟਰ ਸਨ। ਔਰ ਉਹਨਾਂ ਨੇ ਇਹ ਫਿਲਮ ਬਤੌਰ ਫਿਲਮ ਸਾਜ਼ ਔਰ ਬਤੌਰ ਹਦਾਇਤਕਾਰ ਬਣਾਈ ਔਰ ਉਸ ਤੋਂ ਬਾਅਦ ਵੀ ਇਹਨਾਂ ਨੇ ਇੱਕ ਦੋ ਫਿਲਮਾਂ ਬਤੌਰ ਹਦਾਇਤਕਾਰ ਬਣਵਾਈਆਂ। ਇਸ ਫਿਲਮ ਦੇ ਅੰਦਰ ਸੁਲਤਾਨ ਰਾਈ ਨੇ ਹੈਦਰ ਦਾ ਕਿਰਦਾਰ ਅਦਾ ਕੀਤਾ ਹੈ। ਹੈਦਰ ਇੱਕ ਬੁਜ਼ਦਿਲ ਇਨਸਾਨ ਹੁੰਦਾ ਹੈ, ਜਿਹੜਾ ਮੁਨੱਵਰ ਸਈਦ ਹੁੰਦਾ ਹੈ ਉਹ ਇੱਕ ਪਿੰਡ ਦਾ ਬਹੁਤ ਵੱਡਾ ਜਾਗੀਰਦਾਰ ਹੁੰਦਾ ਹੈ ਔਰ ਉਹ ਅਯੈਸ਼ੀ ਤਬੀਅਤ ਦਾ ਮਾਲਿਕ ਹੁੰਦਾ ਹੈ। ਸ਼ਰਾਬ ਕਬਾਬ ਉਹਦੀ ਜਿਹੜਾ ਪਸੰਦੀਦਾ ਜਿਹੜਾ ਨਾ ਕੰਮ ਹੁੰਦੇ ਨੇ। ਇਸ਼ਰਤ ਚੌਧਰੀ ਅਤੇ ਜੱਗੀ ਮਲਕ ਭੈਣ ਭਰਾ ਬਣ ਕੇ ਉਹਦੇ ਉੱਤੇ ਡੋਰੇ ਪਾਉਂਦੇ ਰਹੋ, ਉਹਨੂੰ ਆਪਣੇ ਜਾਲ ਲਈ ਫਸਾ ਲੈਂਦੇ ਨੇ। ਇਸ਼ਰਤ ਚੌਧਰੀ ਉਸਨੂੰ ਇਤਨਾ ਮਜਬੂਰ ਕਰ ਦਿੰਦੀ ਹੈ, ਇਤਨਾ ਆਪਣੇ ਪਿਆਰ ਵਿੱਚ ਉਹਨੂੰ ਫਸਾ ਲੈਂਦੀ ਹੈ ਕਿ ਉਹਦੀ ਜਿਹੜੀ ਬੀਵੀ ਹੁੰਦੀ ਹੈ ਬਾਹਰ ਬੇਗਮ, ਉਹਦਾ ਇੱਕ ਪੁੱਤਰ ਹੁੰਦਾ ਹੈ ਜਿਹੜਾ ਕਿ ਵੱਡਾ ਹੋ ਕੇ ਸੁਲਤਾਨ ਰਾਈ ਬਣਦਾ ਹੈ ਔਰ ਉਹ ਆਪਣੀ ਬੀਵੀ ਅਤੇ ਆਪਣੇ ਬੱਚੇ ਨੂੰ ਕੱਢ ਦਿੰਦਾ ਹੈ। ਸ਼ੇਖ ਇਕਬਾਲ ਨੇ ਇਸ ਫਿਲਮ ਦੇ ਅੰਦਰ ਜਾਗੀਰਦਾਰ ਦੇ ਨੌਕਰ ਦਾ ਕਿਰਦਾਰ ਅਦਾ ਕੀਤਾ ਹੈ। ਉਹ ਉਹਨੂੰ ਆਪਣੇ ਨਾਲ ਲੈ ਜਾਂਦਾ ਔਰ ਬਾਹਰ ਬੇਗਮ ਦੀ ਮੌਤ ਵਾਕਿਆ ਹੋ ਜਾਂਦੀ ਹੈ ਔਰ ਜਾਣ ਤੋਂ ਪਹਿਲੇ ਉਹ ਆਪਣੇ ਬੱਚੇ ਨੂੰ ਸ਼ੇਖ ਇਕਬਾਲ ਦੇ ਸਪੁਰਦ ਕਰ ਜਾਂਦੀ ਹੈ। ਸ਼ੇਖ ਇਕਬਾਲ ਉਹ ਪਿੰਡ ਛੋੜ ਦਿੰਦਾ ਔਰ ਦੂਸਰੇ ਪਿੰਡ ਹੀ ਚਲਾ ਜਾਂਦਾ। ਖੈਰ ਵਕਤ ਗੁਜ਼ਰਦਾ, ਬੱਚੇ ਜਵਾਨ ਹੋ ਜਾਂਦੇ ਨੇ ਔਰ ਇਸ ਫਿਲਮ ਦੇ ਅੰਦਰ ਹੈਦਰ ਜਿਹੜਾ ਹੁੰਦਾ ਸੁਲਤਾਨ ਰਾਈ, ਉਹ ਇੱਕ ਬੁਜ਼ਦਿਲ ਔਰ ਡਰਪੋਕ ਕਿਸਮ ਦਾ ਇਨਸਾਨ ਹੁੰਦਾ ਹੈ ਔਰ ਇਸ਼ਰਤ ਚੌਧਰੀ ਅਤੇ ਜੱਗੀ ਮਲਕ ਆਪਸ ਵਿੱਚ ਸ਼ਾਦੀ ਕਰ ਲੈਂਦੇ। ਸ਼ਾਦੀ ਤੋਂ ਪਹਿਲੇ ਜਾਗੀਰਦਾਰ ਨੂੰ ਕਤਲ ਕਰਵਾ ਦਿੰਦੇ ਨੇ। ਖੈਰ ਵਕਤ ਗੁਜ਼ਰਦਾ, ਹੈਦਰ ਜਵਾਨ ਹੋ ਜਾਂਦਾ ਔਰ ਜੱਗੀ ਮਲਕ ਅਤੇ ਇਸ਼ਰਤ ਚੌਧਰੀ ਦਾ ਇੱਕ ਪੁੱਤਰ ਹੁੰਦਾ ਹੈ ਅਫਜ਼ਾਲ ਅਹਿਮਦ ਨੇ ਅਦਾ ਕੀਤਾ ਹੈ। ਜਿਹੜਾ ਯਾਦ ਹੁੰਦਾ ਹੈ ਉਹ ਵੀ ਰੰਗੀਨ ਤਬੀਅਤ ਦਾ ਮਾਲਕ ਹੁੰਦਾ ਔਰ ਸ਼ਰਾਬ ਔਰ ਕਬਾਬ ਨੂੰ ਪਸੰਦ ਕਰਦਾ ਔਰ ਜਿਹੜੇ ਪਿੰਡ ਦੀਆਂ ਕੁੜੀਆਂ ਹੁੰਦੀਆਂ ਨੇ ਉਹਨਾਂ ਉੱਤੇ ਬੁਰੀ ਨਜ਼ਰ ਰੱਖਦਾ। ਉਹਨੂੰ ਬਚਪਨ ਵਿੱਚੋਂ ਸ਼ਹਿਰ ਉਪੜਨ ਭੇਜ ਦਿੰਦੀ ਔਰ ਜਦੋਂ ਵੱਡਾ ਹੁੰਦਾ ਉਹ ਪਿੰਡ ਵਿੱਚ ਆਉਂਦਾ, ਲੇਕਿਨ ਆਪਣੀਆਂ ਗਲਤ ਹਰਕਤਾਂ ਦੀ ਵਜ੍ਹਾ ਤੋਂ ਕਾਫੀ ਦਫ਼ਾ ਉਹ ਮਾਰ ਖਾਂਦਾ। ਹਾਸੀਆ ਦਾ ਨਾਮ ਇਸ ਫਿਲਮ ਵਿੱਚ ਸ਼ਾਨਾ ਹੁੰਦਾ ਹੈ। ਸ਼ਾਨਾ ਜਿਹੜੀ ਹੁੰਦੀ ਉਹ ਇੱਕ ਕੁੜੀ ਹੁੰਦੀ ਹੈ, ਲੇਕਿਨ ਉਹ ਇੱਕ ਲੜਕਾ ਬਣ ਕੇ ਪਿੰਡ ਵਿੱਚ ਰਹਿ ਰਿਹਾ ਹੁੰਦਾ। ਉਹਦਾ ਜਿਹੜਾ ਪਿਓ ਕਹਿੰਦਾ ਆਪਣੀ ਧੀ ਦੀ ਇੱਜ਼ਤ ਬਚਾਉਣ ਵਾਸਤੇ ਉਹ ਉਹਨੂੰ ਮੁੰਡਾ ਬਣਾ ਕੇ ਰੱਖਦਾ। ਖੈਰ ਵਕਤ ਗੁਜ਼ਰਦਾ, ਜਿਹੜਾ ਸ਼ਾਨਾ ਹੁੰਦਾ ਔਰ ਸੁਲਤਾਨ ਰਾਈ ਹੈਦਰ ਉਹ ਆਪਸ ਹੀ ਪਿਆਰ ਕਰਦੇ ਨੇ। ਹੈਦਰ ਦਾ ਯਾਰ ਔਰ ਨਜਮਾ ਨੇ ਇਸ ਫਿਲਮ ਦੇ ਅੰਦਰ ਇੱਕ ਗੂੰਗੀ ਕੁੜੀ ਦਾ ਕਿਰਦਾਰ ਅਦਾ ਕੀਤਾ ਹੈ, ਜਿਹਦੀ ਬਚਪਨੀ ਜ਼ਬਾਨ ਕੱਟ ਜਾਂਦੀ ਹੈ ਔਰ ਉਹ ਗੂੰਗੀ ਹੋ ਜਾਂਦੀ ਹੈ। ਜਿਹੜੀ ਨਜਮਾ ਹੁੰਦੀ ਹੈ ਉਸਦਾ ਨਾਂ ਜ਼ੈਨੋ ਹੁੰਦਾ ਹੈ ਔਰ ਜ਼ੈਨੋ ਹਵੇਲੀ 'ਚ ਮੁਲਾਜ਼ਮਾ ਹੁੰਦੀ ਹੈ ਔਰ ਜਿਹੜਾ ਸ਼ੇਖ ਇਕਬਾਲ ਹੁੰਦਾ ਹੈ ਉਹ ਵੀ ਹਵੇਲੀ 'ਚ ਮੁਲਾਜ਼ਮਤ ਕਰਦਾ ਹੈ। ਹੈਦਰ ਵੀ ਜਿਹੜਾ ਹੁੰਦਾ ਹੈ ਉਹ ਵੀ ਹਵੇਲੀ 'ਚ ਮੁਲਾਜ਼ਮਤ ਕਰਦਾ ਹੈ ਔਰ ਇਸ ਤਰ੍ਹਾਂ ਜਿਹੜਾ ਇਜਾਜ਼ ਹੁੰਦਾ ਹੈ ਅਫਜ਼ਾਲ ਅਹਿਮਦ, ਉਹ ਨਜਮਾ ਜ਼ੈਨੋ ਦੀ ਇੱਜ਼ਤ ਲੁੱਟ ਲੈਂਦਾ ਹੈ। ਕਿਉਂਕਿ ਜ਼ੈਨੋ ਜਿਹੜੀ ਹੁੰਦੀ ਉਹ ਗੂੰਗੀ ਹੁੰਦੀ ਹੈ, ਕਿਸੇ ਨੂੰ ਦੱਸ ਨਹੀਂ ਸਕਦੀ ਹੈ। ਵਕਤ ਗੁਜ਼ਰਦਾ, ਜਿਹੜੀ ਜ਼ੈਨੋ ਹੁੰਦੀ ਉਹ ਹਮਲਾ ਹੋ ਜਾਂਦੀ ਔਰ ਪਿੰਡ ਵਿੱਚ ਸ਼ੋਰ ਪੈ ਜਾਂਦਾ। ਜੱਗੀ ਮਲਕ ਜਿਹੜਾ ਹੁੰਦਾ ਉਹ ਜ਼ੈਨੋ ਨੂੰ ਮਜਬੂਰ ਕਰਦਾ ਹੈ ਕਿ ਇਹ ਸਾਰਾ ਜਿਹੜਾ ਮੁੱਦਾ ਤੂੰ ਹੈਦਰ ਉੱਤੇ ਪਾਏਂਗੀ ਅਤੇ ਫਿਰ ਮੈਂ ਤੇਰੀ ਸ਼ਾਦੀ ਆਪਣੇ ਪੁੱਤਰ ਇਜਾਜ਼ ਦੇ ਨਾਲ ਕਰ ਦੇਵਾਂਗਾ। ਉਹਦੇ ਬਹਿਕਾਵੇ 'ਚ ਆ ਜਾਂਦੀ ਔਰ ਜਦੋਂ ਪੰਚਾਇਤ ਹੁੰਦੀ ਹੈ, ਪੰਚਾਇਤ ਦੇ ਅੰਦਰ ਉਹ ਸਾਰਾ ਇਲਜ਼ਾਮ ਹੈਦਰ 'ਤੇ ਲਗਾ ਦਿੰਦੀ ਹੈ
ਹੈਦਰ ਨੂੰ ਲੋਕ ਸਖਤ ਗੁੱਸੇ ਹੁੰਦੇ ਨੇ, ਉਹਨੂੰ ਪਿੰਡ ਚੋਂ ਬਾਹਰ ਕੱਢ ਦਿੰਦੇ ਨੇ। ਜਿਹੜਾ ਇਜਾਜ਼ ਹੁੰਦਾ ਉਹ ਆਪਣੀਆਂ ਹਰਕਤਾਂ ਤੋਂ ਬਾਅਦ ਨਹੀਂ ਆਉਂਦਾ। ਉਹ ਸ਼ਾਨੋ ਨੂੰ ਜਦੋਂ ਪਤਾ ਚੱਲਦਾ ਕਿ ਸ਼ਾਨੋ ਜਿਹੜੀ ਹੈ ਉਹ ਮੁੰਡਾ ਨਹੀਂ ਕੁੜੀ ਹੈ, ਉਹਨੂੰ ਚੁੱਕਣ ਦਾ ਪ੍ਰੋਗਰਾਮ ਬੁਲਾਉਂਦਾ, ਉਹ ਸ਼ਾਨੋ ਨੂੰ ਚੁੱਕ ਕੇ ਪਿੰਡ ਤੋਂ ਬਾਹਰ ਲੈ ਕੇ ਜਾ ਰਿਹਾ ਹੁੰਦਾ ਕਿ ਪਿੰਡ ਵਾਲੇ ਆ ਜਾਂਦੇ ਨੇ। ਜ਼ੈਨਬ ਵੀ ਆ ਜਾਂਦੀ ਔਰ ਹੈਦਰ ਉਸਨੂੰ ਕਹਿੰਦਾ ਕਿ ਤੂੰ ਸੱਚ ਦੱਸ ਕਿ ਤੇਰੀ ਇੱਜ਼ਤ ਕਿੰਨੇ ਲੁੱਟੀ ਹੈ। ਉਹ ਇਜਾਜ਼ ਦੀ ਤਰਫ ਇਸ਼ਾਰਾ ਕਰਦੀ ਹੈ, ਇਜਾਜ਼ ਜਿਹੜਾ ਨਾ ਉਹ ਜ਼ੈਨਬ ਨੂੰ ਮਾਰ ਦਿੰਦਾ ਔਰ ਮਰਨ ਤੋਂ ਪਹਿਲੇ ਜ਼ੈਨਬ ਇਜਾਜ਼ ਨੂੰ ਵੀ ਮਾਰ ਦਿੰਦੀ ਹੈ। ਅਗਰ ਤੁਹਾਨੂੰ ਮੇਰੀ ਮਾਲੂਮਾਤ ਅੱਛੀ ਲੱਗੀ ਹੋਵੇ ਮੇਰੇ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ ਅਤੇ ਸ਼ੇਅਰ ਕਰੋ ਅਤੇ ਨੈਕਸਟ ਵੀਡੀਓ ਤੱਕ ਰੱਬ ਰਾਖਾ।